ਗੁਰਦੁਆਰਾ ਸ਼ਹੀਦ ਸਿੰਘਾਂ ਜੋ ਕਿ ਮੇਨ ਰੋਡ ਹੁਸ਼ਿਆਰਪੁਰ ਚੰਡੀਗੜ੍ਹ ਗੜਸ਼ੰਕਰ ਨੇੜੇ ਸੈਲਾ ਖੁਰਦ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਪੰਜਾਬੀ ਵੀਰ ਸਿੰਘਾਂ ਨੇ ਸ਼ਰਦਾਈ ਅਤੇ ਦਹੀਂ ਭੱਲੇ ਬਹੁਤ ਹੀ ਸਾਫ਼ ਸੁਥਰੀ ਜਗ੍ਹਾ 'ਤੇ ਲਗਾਏ ਹੋਏ ਨੇ। ਸੋ ਵੀਡੀਓ ਨੂੰ ਪਹਿਲੇ ਤੋਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਵੀਡੀਓ ਦਾ ਲਿੰਕ ਪਹੁੰਚ ਜਾਵੇ, ਅਤੇ ਨਾਲ ਨੰਬਰ ਵੀ ਮੈਂ ਮੈਂਸ਼ਨ ਕਰ ਦਿੱਤਾ ਆ। ਅਤੇ ਤੁਹਾਨੂੰ ਹੁਣ ਦਿਖਾਉਣੇ ਆ ਸਾਡੇ ਪੰਜਾਬੀ ਵੀਰ ਜਿਹੜੇ ਕਿ ਸ਼ਰਦਾਈ ਅਤੇ ਦਹੀਂ ਭੱਲੇ ਬਣਾ ਰਹੇ ਨੇ। ਤੁਹਾਨੂੰ ਦਿਖਾਉਣੇ ਆ ਹੁਣ ਸਾਡੇ ਪੰਜਾਬੀ ਵੀਰ ਜਿਹੜੇ ਕਿ ਬਹੁਤ ਹੀ ਵਧੀਆ, ਇੱਕ ਤਾਂ ਉੱਦਾਂ ਸੇਵਤ ਕਰਨੀ ਪਰ ਮੈਂ ਖਾ ਕੇ ਤੁਹਾਨੂੰ ਦੱਸ ਰਿਹਾ ਕਿ ਬਹੁਤ ਵਧੀਆ, ਬਹੁਤ ਟੇਸਟੀ, ਔਰ ਨਾਲ ਸਫਾਈ ਦੇਖੋ ਕਿੰਨੀ ਵਧੀਆ ਸਫਾਈ ਰੱਖੀ ਹੋਈ ਆ ਸਾਡੇ ਵੀਰਾਂ ਨੇ। ਦਹੀਂ ਭੱਲੇ ਬਣਾਉਂਦੇ ਆ ਅਤੇ ਨਾਲ ਸ਼ਰਦਾਈ ਵੀ ਇੱਧਰ, ਅਤੇ ਤੁਹਾਨੂੰ ਦਿਖਾਉਣੇ ਆ ਇੱਧਰ ਸ਼ਰਦਾਈ ਵਾਲਾ ਅੱਡਾ ਵੀ ਲੱਗਿਆ ਹੋਇਆ, ਦੇਖ ਸਕਦੇ ਹੋ ਟਰੱਕਾਂ ਦੀਆਂ ਬ੍ਰੇਕਾਂ ਲੱਗਦੀਆਂ ਦੇਖ ਕੇ, ਪੰਜਾਬੀ ਵੀਰਿਆਂ ਦਾ ਸਟਾਲ ਲੱਗੇ ਹੋਏ ਦੇਖ ਕੇ ਵੱਡੇ ਵੱਡੇ ਟਰੱਕਾਂ ਦੀਆਂ ਬ੍ਰੇਕਾਂ ਲੱਗਦੀਆਂ, ਜੋ ਕਿ ਸਰਦਾਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਦਾਮ, ਮਗਜ, ਸੌਂਫ ਅਤੇ ਛੋਟੀ ਇਲਾਇਚੀ ਅਤੇ ਕਾਲੀ ਮਿਰਚ ਸਪੈਸ਼ਲ। ਆਹ ਦੇਖ ਸਕਦੇ ਹੋ ਸਿੰਘਾਂ ਦਾ ਖੂੰਡਾ ਅਤੇ ਡੰਡਾ, ਬਾਬਾ ਜੀ ਚਲੇ ਗਏ। ਚਾਟੀ ਵਾਲਾ ਦਹੀਂ ਭੱਲਾ ਕੋਈ ਕੋਈ ਖਾਂਦਾ ਔਰ ਬਹੁਤ ਘੱਟ ਮਿਲਦੇ ਆ। ਬਾਕੀ ਸਭ ਨਾਲ ਵੱਡੀ ਗੱਲ ਇਹ ਆ ਦੇਖੋ ਤੁਸੀਂ ਸਫਾਈ ਦੇਖੋ ਕਿੰਨੀ ਹੈਗੀ ਆ, ਪੂਰੀ ਸਫਾਈ ਐਨ ਰੱਖੀ ਹੋਈ ਆ ਭਾਅ ਜੀ ਉਹਨਾਂ ਨੇ। ਵੱਡੇ ਵੱਡੇ ਘੋੜੇ ਰੁਕਦੇ ਆ, ਬ੍ਰੇਕਾਂ ਲੱਗਦੀਆਂ ਨੇ, ਸੋ ਦੇਖ ਸਕਦੇ ਹੋ। ਆਹ ਸੈਲੇ ਵੱਲ ਨੂੰ ਰੋਡ ਚਲੇ ਗਿਆ, ਸੈਲੇ ਤੋਂ ਹੁਸ਼ਿਆਰਪੁਰ ਰੋਡ, ਜੋ ਕਿ ਆਪਾਂ ਗੜਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਜਾਂਦੇ ਹਾਂ ਅਤੇ ਪਿੰਡ ਦਾਨਸੀਵਾਲ ਮੇਨ ਹਾਈਵੇ ਦੇ ਉੱਪਰ ਲੱਗਿਆ ਹੋਇਆ ਜੀ ਸਟਾਲ।